ہاں جناب تک یوز کرنے ठीक है और भी काफी ज़्यादा سوچ چیزیں رکھیاں اور کیا کیا رکھے بلی بھی بیچ پھڑکی گیا سی اچھا اچھا یہ پھڑکنے جزو باللہ ابن شیطان راجی بسم اللہ الرحمن الرحیم لاکھوں کروڑوں درود و سلام حضرت محمد مصطفی صلی ਅੱਜ ਸਾ ਮੌਜੂਦਾ ਠਿਕਰੀਆਂ ਨੇ ਮੁਕਾਮ ਪਰ ਆ ਗਿਆ ਵੀ ਸੋਈ ਕੁਝ ਵੀਡੀਓ ਬਣਾਇਦਾ ਦੱਸਿਆ ਸਨ ਠਿਕਰੀਆਂ ਠੀਕ ਹੈ ਕੁਝ گاਉਂ ਦਾ ਸਿਆਸੀ ਔਰ ਕੁਝ ਜਿਹੜਾ ਠਿਕਰੀਆਂ ਪੁਰਾਣਾ ਸੀ ਮੰਗਲਾ ਡੈਮਨੀ ਤਰਫ ਉਹ ਸਿੰਧ ਸਿਆਸੀ ਔਰ ਅੱਜ ਜਨਾਬ ਸੋ ਇਹ ਦਸਨੇ ਜਲੇ ਆ ਕੁਝ ਦੈਸੀ ਲਾਈਵ ਠੀਕ ਹੈ ਔਰ ਖਾਸ ਕਰੀ ਤਿੱਤਰਣ ਠੀਕ ਹੈ ਕਸ਼ਮੀਰ ਨੇ ਮਸ਼ਹੂਰ ਚੀਜ਼ ਹੈ ਠੀਕ ਹੈ ਕਾਫੀ ਲੋਕ ਇਨੇ ਪੁੰਨੇ ਵੀ ਆਣ ਬੇਚਨੇ ਵਗੈਰਾ ਵੀ ਆਣ ਔਰ ਕੁਝ ਲੋਕ ਇਨਨੇ ਸ਼ੌਕ ਰੱਖਨੇ ਠੀਕ ਹੈ ਕਾਰ ਪਾਲਨੇ ਨਾ ਬੱਚੇ ਜਿਹੜੇ ਹੁਣ ਨੇ ਉਹਨੇ ਪਾਲੀ ਦਾ ਬੜੇ ਕਰਨੇ ਠੀਕ ਹੈ ਰੱਖ ਮੇ ਤਿੱਤਰ ਆਣੇ ਠੀਕ ਹੈ ਇਨਸ਼ਾ ਅੱਲਾਹ ਤੁਸੀਂ ਸੁਣਿਆ ਜੀ ਇਹਨਾਂ ਕਾਫੀ ਜ਼ਿਆਦਾ ਤਿੱਤਰ ਇਸਾ ਮੌਜੂਦ ਹਨ ਔਰ ਕਿਹੜੀ ਕਿਹੜੀ ਨਸਲਾਂ ਨੇ ਉਹ ਵੀ ਸੋਸਾਂ ਤੇ ਸ਼ੁਰੂ ਕਰਨੀ ਆਣੀ ਵੀਡੀਓ ਅਗਰ ਮਾਰੇ ਚੈਨਲ ਪਰ ਨਿਓਤ ਰਿਕਵੈਸਟ ਹੈ ਕਿ YouTube ਚੈਨਲ ਅਨੀਸ ਸquad ਕੀ ਸਬਸਕ੍ਰਾਈਬ ਕਰੀ ਗਿਨੋ ਸ਼ੁਰੂ ਕਰਨਿਆ ਆਈ ਨੀ ਇੰਟਰਸਟਿੰਗ ਵੀਡੀਓ ਬਾਕੀ ਵਿਵਰਜ਼ ਤਾਹਿਰ ਸਾਹਿਬ ਸਨਮ ਮੌਜੂਦ ਹਨ ਠੀਕ ਹੈ ਜਿਨ੍ਹਾਂ ਇਹ ਤਿੱਤਰ ਕਿਹਾ ਤਾਂ ਤਾਹਿਰ ਸਾਹਿਬ ਟੋਟਲ ਸੌਂਗਸ ਸਾਰੇ ਜਿਹੜੇ ਤ ਇਹ ਕਿਹੜੇ ਵਾਲਾ? ਜੀ 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 ਚਸ ਕਾਲੀ। ਸ਼ਿਕਾਰੀ। ਠੀਕ। ਗੋਰੇ ਤੇ ਦਰਸਾਣੇ ਆ। ਜੀ ਹਾਂ ਕੋਰੇ ਜੀਜਾ। ਆਲਾ ਤੇ ਹੋਰ ਕਿਹੜੇ-ਕਿਹੜੇ ਨੇ? ਹੋਰ ਕਾਲਾ ਵੀ ਆਇਆ। ਚਗਨੀਆਂ ਵੀ ਐ ਸੁਣੋ ਨਾ। ਠੀਕ। ਤੇ ਸ਼ਿਕਾਰਾ ਦਾ ਮਸਾ ਮੈਂ। ਅੱਲਾ ਨਾਲ। ਸ਼ਿਕਾਰ ਵੀ ਕਰਸਾ। ਠੀਕ। ਇਹਨਾਂ ਤੇ ਤਰਾਣਾ ਸ਼ਿਕਾਰ ਕਰਨੇ ਹੋ। ਇਹਨਾਂ ਤੇ ਜਰਾਣਾ ਸ਼ਿਕਾਰ ਕਰਸਾ। ਬਲਕਿ ਜਨਾਬ ਇਹ ਜਿਹੜੇ ਤਿੱਤਰ ਹੋਣੇ ਠੀਕਾ ਕਾਰ ਚਿਰ ਰੱਖਣੇ। ਇਹ ਜਨਾਬ ਰਾਖਮੇ ਤਿੱਤਰ ਹੋਣੇ। ਔਰ ਘਰ ਸ਼ੋਕ ਵੀ ਕਾਫੀ ਲੋਕ ਰੱਖਣੇ ਠੀਕ ਹੈ ਇਹਨੇ ਪਾਲ ਲੈਣਾ ਔਰ ਇਹ ਤਿੱਤਰ ਕਿਸ ਤਰ੍ਹਾਂ ਲਾਣੇ ਹੋ ਜਸ਼ਕਾਰ ਹੋਣਾ ਵਾ ਮੁੱਝੇ ਪਰ ਲਾਈ ਨਾ ਤਿੱਤਰ ਵੀ ਇਹਨਾਂ ਪਿੰਜਰਾ ਬੂਟੇ ਲਟਕਾਣੇ ਹੋ ਜੀ ਤਾਂ ਅੱਠ ਕਹਿ ਲਾਣੇ ਹੋ ਇਹਨਾਂ ਨੇ ਫਈਆਂ ਫਈਆਂ ਬਿਲਕੁਲ ਤਾਂ ਬਾਕੀ ਇਹ ਜਿਹੜੀ ਤਿੱਤਰ ਨਾਲ ਕਾਫੀ ਮੌਜੂਦ ਹਨ ਠੀਕ ਹੈ ਇਥੇ ਇਹ ਇਹ ਜਨਾਬ ਇਹ ਗੋਰੇ ਤਿੱਤਰ ਹਨ ਠੀਕ ਹੈ ਤੇ ਇਹ ਜਨਾਬ ਇਹ ਜਿਹੜਾ ਤਿੱਤਰ ਹੈ ਇਹ ਕਿਹੜੀ ਨਸਲਾਂ ਦਾ ਕਹਨਾ ਹੈ ਇਸ ਨੂੰ ਜੀ ਜੀ ਨਜ਼ਰ ਹੈ ਸਿੰਧੀ ਜੀ ਮਾਸ਼ਾਅੱਲਾ ਨਾਲ ਤਾਂ ਕਿਸਨੇ ਅਸਾਂ ਇਸੀ ਆਣੇ ਆ ਕਾਲਾ ਦਿੱਤ ਸਰ ਇਹ ਗੱਲ ਆ ਜੀ ਬਿਲਕੁਲ ਜਨਾਬ ਹੈ ਤਾਂ ਕਿਸਨੇ ਹੋ ਇਹ ਆ ਜਨਾਬ ਉਹ ਦਿੱਤ ਠੀਕ ਹੈ ਇਹ ਜਨਾਬ ਕੋ ਤੁੰਦਾਸ ਨੇ ਸਿੰਧ ਤੋਂ ਮਗਾਇਆ ਸੀ ਸਿੰਧ ਤੋਂ ਮਗਾਇਆ ਸੀ ਜੀ ਮਾਸ਼ਾਅੱਲਾ ਜਨਾਬ ਤਾਂ ਕਿਸਨੇ ਹੋ ਕਿ ਸ਼ੋਅ ਜਿਹੜੀ ਚੀਜ਼ ਹੋਣੀ ਹੈ ਠੀਕ ਹੈ ਜਿਸੀ ਪੇਜ ਆ ਨਾ ਉਹ ਜਨਾਬ ਫਿਰ ਸ਼ੋਅ ਕਹਿਣਾ ਕੋਈ ਮੁੱਲ ਨਹੀਂ ਠੀਕ ਹੈ ਇਸ ਵਜ੍ਹਾ ਇਹ ਸਿੰਧ ਤੋਂ ਮਗਾਇਆ ਸੀ ਜੀ ਅੱਛਾ ਬੱਚਾ ਸੀ ਆ ਵੱਲ ਬੜਾ ਸੀ ਪੱਤਸਾ ਸੀ ਨਿੱਕਾ ਬੱਚਾ ਸੀ ਜੀ ਠੀਕ ਠੀਕ ਹੋਈ ਆ ਅੱਛਾ ਸਹੀ ਅਸਲ ਵਿੱਚ ਸ਼ੌਕ ਹੈ ਇਹਨੇ ਰੱਖਨੇ ਨਾ ਜਾਂ ਭਈ ਅੱਗੇ ਚਿੱਤਰ ਪੋੜੀ ਦਾ ਵੇਚਣੇ ਕੋਈ ਕਰ ਰਹੇ ਹੋ ਸ਼ੌਕ ਹੈ ਸ਼ੌਕ ਹੈ ਜੀ ਹਾਂ ਠੀਕ ਹੈ ਠੀਕ ਹੈ ਜਿਹੜੇ ਗੋਰੇ ਦਿੱਤਰ ਸਰ ਕੇ ਵਨ ਇਹ ਜਨਾਬ ਇਹ ਕੁ ਥੁੰਦੇ ਨੇ ਇਹ ਕਾਲਾ ਨੇ ਪਪਾੜੇ ਮੇਰੇ ਪੱਤੇ ਜੀ ਕਾਲਾ ਨੇ ਕਰਾ ਨੇ ਪਾਲੇ ਨੇ ਜੀ ਅੱਛਾ ਇਹ ਬੱਚੇ ਆਪੇ ਪੋੜੀ ਖੰਦੇਸ ਨੇ ਜੀ ਹਾਂ ਕਿੰਦੇਸ ਨੇ ਖਸ ਗੋ ਆਪੂ ਪੋੜੇ ਸਨ ਠੀਕ ਹੋ ਗਿਆ ਤੇ ਇਹ ਵੀ ਜਨਾਬ ਕਾਫੀ ਮੌਜੂਦ ਹਨ ਅੱਛਾ ਇੱਕ ਜਨਾਬ ਇਹ ਥੋੜਾ ਦਸਨਾਇਆ ਇਹ ਸਰ ਹੈ ਥੋੜਾ ਜ਼ਖਮੀ ਹੋਇਆ ਵਾ ਠੀਕ ਆ ਤਾਂ ਕਿਸ ਕਣਿਓ ਇਸ ਲਈ ਕਾ ਵਜਾ ਕੇ ਜ਼ਖਮੀ ਹੋਇਆ ਵਾ ਬਿੱਲੀ ਵੇਚ ਹੀ ਫੜਕੀ ਗਿਆ ਸੀ ਅੱਛਾ ਅੱਛਾ ਇਹ ਫੜਕਣੇ ਜੀ ਇਹ ਜਿਹੜੇ ਆਪਣੀ ਮੁੰਡੀ ਹੋਣੀ ਹੈ ਪਰ ਪਿੰਜਰੇ ਨਾਲ ਮਾਰਨ ਤੇ ਲਗਣੀ ਹੈ ਜਾਂ ਬਿੱਲੀ 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 ਧੱਕੀ ਆ ਸੁ ਅੱਛਾ ਫੜਕੀ ਪਿਆ ਠੀਕ ਹੋਈਗਾ ਠੀਕ ਠੀਕ ਇਹ ਇਹ ਜਿਹੜੇ ਗੋਰੇ ਜਿਹੜੇ ਨਸਲਾਈ ਹੈ ਕਹੇ ਹੋਣੀ ਹੈ ਇਸ ਨੇ ਵਿੱਚ ਵੀ ਹੋਰ ਕਾਫੀ ਨਸਲਾਂ ਕਾਫੀ ਨਸਲਾਂ ਕਈ ਛੇ ਜੀ ਆਉਣ ਨੇ ਕਈ ਛੇ ਜੀ ਆਉਣ ਨੇ ਅੱਛਾ ਸਿੰਡੀ ਦੇਸੀ ਠੀਕ ਐ ਇਸ ਸੰਗੂ ਕਿੜੇ ਜੈਸੀਨੋ ਦੇਸੀਨ ਸਕਾ ਲੈ ਲੈ ਠੀਕ ਹੈ ਠੀਕ ਹੈ ਇਧਰ ਐ ਜਿਹੜੀ ਜਗ੍ਹਾ ਆ ਠੀਕ ਐ ਕੁਤਾ ਕੁਤਾ ਜੀਆਂ ਵਈ ਇਧਰ ਵਈ ਕੜੀ ਜੀ ਕੁਸਤ ਇੱਤਰ ਪੋਣੇ ਰਹਿਓ ਅਵਾਜ਼ੇ ਅਵਾਜ਼ੇ ਝੋਲ ਬੋਹਣੇ ਰਹਿਓ ਅਸਾ ਕੁਤਾ ਕੁਤਾ ਜਾਣੇ ਰਹਿਓ ਇਸ ਤਰ੍ਹਾਂ ਸਕ ਆਲਾ ਰਲਾ ਇਸ ਤਰ੍ਹਾਂ ਤਕ ਇਹ ਹੁਣੇ ਕੁਥਾ ਨੇ ਜ਼ਦਦਰ ਖੇਤਾਂ ਚ ਹੋਣੇ ਨਹੀਂ ਆ ਜੰਗਲਾਂ ਚ ਹੋਣੇ ਜੰਗਲਾਂ ਚ ਹੋਣੇ ਫਿਰ ਨਾ ਹੋਣੇ ਜੀ ਕੋਈ ਲੋਕ ਜਨਾਬ ਟਿਊਨ ਵੀ ਲਾਣੇ ਠੀਕ ਐ ਇਕ ਟਿਊਨ ਹੋਣੀ ਆ ਤਿੱਤਰਨੀ ਆਵਾਜ਼ ਹੀ ریکارڈ ਹੋਈ ਹੋਣੀ ਆ ਜਿੰਨਾ ਤਿੱਤਰ ਨਹੀਂ ਹੋਣਾ ਟਿਊਨ ਨਾਲ ਜ਼ਿਆਦਾ ਅਸ਼ਨ ਨੇ ਆ ਦੂਸਰਾ ਦੂਸਰਾ ओरिजिनल ਜੀ ਆ ओरिजिनल ਨਾਲ ਕੋੜੋ ਬਿਲਕੁਲ ओरिजिनल ਜਿਹੜੀ ਆਵਾਜ਼ ਹੋਣੀ ਆ ਠੀਕ ਹੈ ਉਸਨੇ ਜ਼ਿਆਦਾ ਅਸ਼ਨ ਨੇ ਕਿ ਤਿੱਤਰ ਆ ਪੇ ਹੋਣਾ ਨਾਲ ਦੂਆ ਤਿੱਤਰ ਇਸ ਤੱਕਣਾ ਫਿਰ ਅਸ਼ਨ ਇਹ ਕਰਾ ਨੇ ਪਾਲੇ ਨੇ ਇਹ ਬੋਲਣ ਨਾ ਕੋਈ ਨਹੀਂ ਜੀ ਆ ਬੋਲਣ ਬੋਲਣ ਮਾਸ਼ਾਲਲਾ ਨਾ ਕਿ ਜੁਨੀ ਇਹ ਜਲਾਈ ਨੇ ਬੁਲਾਣੇ ਹੋ ਉਹ ਕਿਸਰਾ ਬੁਲਾਣੇ ਆ ਬਈ ਸਿਟੀ ਮਾਰ ਰਹੇ ਆ ਨਾ ਸਿਨਾ ਮਾਰਨਾ ਕੋਈ ਕੋੜਾ ਨਾ ਦਿੱਤਰ ਫਿਰ ਬੋਲਣਾ ਚਲੋ ਬੋੜਾ ਨਾ ਦਿੱਤਰ ਕੋੜਾ ਹੋ ਗੋ ਠੀਕ ਕੜਾ ਫਿਰ ਬੋਲਣਾ ਦਿੱਤਰ ਸਹੀ ਆ ਇਧਰ ਐਨ ਕੋਈ ਨਹੀਂ ਇੱਥੇ ਤਾਂ ਕਾਟ ਜਨ ਕਾਟੋ ਤੇ ਨਹੀਂ ਬੋਲਣਾ ਇੰਦਾ ਇਧਰ ਕੋਲ ਗੁਦਰ ਦਿੱਤਰ ਬੋਲਣਾ ਵੈਸੇ ਵੀ ਨਾਲ ਬੋਲਣਾ ਜੀ ਹਾਂ ਠੀਕ ਹੈ ਠੀਕ ਹੈ ਔਰ ਕਾਲਾ ਦਿੱਤਰ ਇਹ ਇੱਕ ਤੋਣਾ ਨਰ ਜਾਂ ਇੱਕ ਮਾਦਾ ਹੋਣਾ ਇੱਕੜਾ ਆ ਨਾ ਨਾ ਨਰ ਜੀ ਠੀਕ ਹੈ ਇਸਨੇ ਨਾ ਕਿੰਨੇ ਪੌੜੇ ਨੇ ਇਸਨੇ ਨਾਲ ਚੱਕੀ ਗੋਨੇ ਕੀ ਕਿਚਾਲ ਚਾ ਅੱਛਾ ਜੋ ਸ਼ੁਕਨ ਰੱਖੇ ਪਲ ਨਹੀਂ ਹੋ ਜਾ ਜੀ ਹਾਂ ਚੈੱਕ ਕਰੋ ਨੇ ਵਈ ਇਹ ਕਿੰਨੇ ਪੌੜਨਾ ਠੀਕ ਹੈ ਇਹ ਕਾਫੀ ਮਹਿੰਗੇ ਦਿੱਤਰਨ ਕਾਲਾ ਜ਼ਿਆਦਾ ਮਹਿੰਗਾ ਆ ਦੂਆ ਕਾਲਾ ਕਾਲਾ ਮਹਿੰਗਾ ਹੈ ਠੀਕ ਹੈ ਇੱਕ ਜਣਾ ਇੱਕ ਜਣਾ 80 ਵੈਸਕਦਾ ਕੁਸਾ ਗੰਦਾਵ ਹੈ ਕਿ ਜਾ ਕੋਣ ਠੀਕ ਹੈ ਲੜਨੇ ਕੋਈ ਨਹੀਂ ਆ ਨਾ ਕੋ ਨਹੀਂ ਕੋ ਨਹੀਂ ਸਹੀ ਹੈ ਸਹੀ ਹੈ ਕਿਉਂਕਿ ਸ਼ਕਾਰ ਹੈ ਪਬੰਦੀ ਹੈ ਠੀਕ ਹੈ ਸ਼ਕਾਰ ਨਹੀਂ ਕਰਨਾ ਚਾਹੀਦਾ ਲੇਕਿਨ ਅ ਬੱਚੇ ਠੀਕ ਹੈ ਸੁਣ ਜਿਹੜਾ ਘਰ ਪਾਲਨੇ ਉਹ ਸਾਰਾ ਰੱਖੀ ਸੁਕਣੇ ਠੀਕ ਹੈ ਰਾਖਵੇਂ ਜਿਹੜੇ ਦਿੱਤਰ ਹੋਣੇ ਸ਼ੋਕੇ ਨਾਲ ਜਨਾਬ ਇਹਨਾਂ ਬਿਲਕੁਲ ਇਥੇ ਰੱਖੇ ਹੋਏ ਔਰ ਉਹ ਜਨਾਬ ਹੋਰ ਵੀ ਕਾਫੀ ਜ਼ਦਰ ਸੋ ਚੀਜ਼ਾਂ ਰੱਖੀਆਂ ਨੇ ਔਰ ਕਾ ਕਰਕੇ ਕੁੱਤੇ ਲੱਗੇ ਨੇ ਕੁੱਕਰੇ ਲੱਗੇ ਨੇ ਠੀਕ ਹੈ ਬਿਲਕੁਲ ਜਨਾਬ ਜ਼ਿਮੀਂਦਾਰਾਂ ਦਾ ਹਸਾ ਇਹਨਾਂ ਜਿਹੜੇ ਕੁੱਤਿਆਂ ਦੀ ਨਸਲਾਂ ਉਹ ਵੀ ਦਸੀ ਹੋੜੋਂ ਕਿ ਕਾਫੀ ਜਨਾਬ ਲੋਕ ਠੀਕ ਹੈ ਕਾਫੀ ਇਥੇ ਅਹ ਪਿਤਰਾਂ ਦੇ ਸ਼ੌਕੀਨ ਹੋਰ ਖਾਸ ਕਰਕੇ ਜਨਾਬ ਸ਼ਿਕਾਰ ਜਿਹੜੇ ਕੁੱਤਿਆਂ ਨਾਲ ਕਰਨੇ ਨੇ ਉਹ ਵੀ ਕਾਫੀ ਵੀਡੀਓਜ਼ ਵਗੈਰਾ ਤਕਨੇ ਹੁੰਸਣ ਔਰ ਉਹਨਾਂ ਹੀ ਦੇ ਸੀੜੇ ਕੁੱਤੇ ਕਿਹੜੀ ਨਸਲਾਂ ਨੂੰ ਸੰਗ ਮੌਜੂਦ ਹੋਂ ਸ਼ਿਕਾਰ ਦੇ ਕੁੱਤੇ ਸ਼ਿਕਾਰੀ ਠੀਕ ਹੈ ਸੇਰੇ ਸਹੀ ਹੋਈ ਗਿਆ ਤੇ ਸ਼ਿਕਾਰ ਕਰਸਣਾ ਕਰਨੇ ਸੇ ਨਾਲ ਸ਼ਿਕਾਰ ਕਰਨੇ ਸੇ ਨਾਲ ਕਰਵਾਇ ਕਦੇ ਕੱਤਾ ਵੀ ਆਨੇ ਆ ਮੈਂ ਕੋਨਾ ਗਿਆ ਮੂੜੇ ਜਾਣੇ ਹੋਨੇ ਜੀ ਉਹਨਾਂ ਨਾਲ ਜੰਗੀਰ ਸਾਹਿਬ ਰੱਖੇ ਮੈਂ ਤਾਂ ਦੂਵੇ ਪੈਰੋਂ ਪਾਈ ਜ਼ੋਰ ਸਾਹਿਬ ਜੀ ਆਓ ਠੀਕ ਹੋਈ ਆ ਜ਼ੋਰ ਸਾਹਿਬ ਵੀ ਰੱਖੇ ਉਹਨਾਂ ਨਾਲ ਜੰਗੀਰ ਸਾਹਿਬ ਇਹ ਜਿਹੜੇ ਕੁੱਤੇ ਨੇ ਇਹਨਾਂ ਦੀ ਨਸਲ ਹੈ ਕੁਦਰ ਹੁੰਦੇ ਸਨੇ ਕਿਹੜੀ ਨਸਲ ਹੈ ਨੇ ਦੋ ਘੜਾ ਨੇ ਪਾੜੇ ਵੇ ਅੱਛਾ ਬੱਚੇ ਜੀ ਆ ਠੀਕ ਤੇ ਬਾਕੀ ਜਨਾਬ ਇਹ ਪਿੰਜਰੇ ਠੀਕ ਹੈ ਉਹ ਘਾਰਾਂ पे ही ਬਣਾਣੇ ਹੋਇਆ ਬਾਜ਼ਾਰੋਂ ਨੇ ਉਹ ਬਾਜ਼ਾਰੋਂ ਆਨੇ ਆ ਬਾਜ਼ਾਰੋਂ ਨੇ ਆ ਜੀ ਇਹ ਤੇ ਇਹ ਜਨਾਬ ਇੱਕ ਪਿੰਜਰਾ ਕਾਫੀ ਯੂਨੀਕ ਜਿਹਾ ਦਿੱਸਣਾ ਠੀਕ ਹੈ ਮੈਸੂ ਜਿਹਾ ਦਿੱਸਣਾ ਇਹ ਕੁਥੁੰਦਾ ਸਨੇ ਇਹ ਬਾਜ਼ਾਰੋਂ ਇਹ ਜਿਹੜਾ ਨਾਲ ਆਇਆ ਸੀ ਤੇਰੇ ਨਾਲ ਜੀ ਆ ਮਾਸ਼ੱਲਾ ਤਕੀਸ ਗਨੇ ਆ ਔਰ ਇਹ ਜਨਾਬ ਕੁਝ ਰਾਹਮੇ ਤੁਹਾਨੂੰ ਠੀਕ ਹੈ ਇੰਨਾ ਨਹੀਂ ਖੁਰਾਕ ਕਿਹ ਹੋਣੀ ਹੈ ਜਿਹੜੀ ਖੁਰਾਕ ਹੈ ਕਿਆ ਕਿਆ ਬਣੇ ਹੋ ਜਾਣੇ ਹੋਣੇ ਚਿਰਜੇ ਆਉਂਦੇ ਨੇ ਮਿੱਟੀ ਹੋਣੀ ਹੈ ਅੱਛਾ ਮਿੱਟੀ ਵੀ ਖਾਣੇ ਜੀ ਆਹਲਾ ਸ਼ਾਮੀ ਨੇ ਬਾਹਰ ਬਾੜੀਆਂ ਵਗੈਰਾ ਖੰਨੇ ਹੋਇਆ ਇੱਥੇ ਘਾੜੀ ਹੋਣੇ ਇੱਥੇ ਘਾੜੀ ਆਉਂਦੇ ਘਾੜੀ ਆਨੇ ਮਿੱਟੀ ਵਗੈਰਾ ਮਿਰਚੀ 베ਵੀ ਆ ਘਾੜ ਠੀਕ ਹੈ ਮਿੱਟੀ ਚੁਗਣੇ ਨੇ ਆ ਕਿਆ ਕੋਈ ਸਿਸਟਮ ਬਣਾ ਫਿਰ ਉਹਨੇ ਨੇ ਮਿੱਟੀ ਠੀਕ ਠੀਕ ਹੈ ਕਿਉਂਕਿ ਕੁਝ ਹੋਣਾ ਜੰਗਲਾਂ ਵਿੱਚ ਵੀ ਆ ਕੰਮ ਕਰਨਾ ਇਸ ਮਾਰਾ ਘਾੜੇ ਮਿੱਟੀ ਇਹਨਾਂ ਪਿੰਜਰੇ ਵਿੱਚ ਪਾਣਾ ਔਰ ਕਾਰਜ ਕੀਏ ਕਰੋਲੇ ਜੀ ਆ ਬਾਕੀ ਜਨਾਬ ਮਾਸ਼ਾਅੱਲਾ ਤਾਂ ਕਿਸ ਨੇ ਹੋਏ ਜਨਾਬ ਇਹਨਾਂ ਰੱਖਿਆ ਕਾਲਾ ਤੇ ਤਾਂ ਠੀਕ ਹੈ ਇਹ ਜਨਾਬ ਵੀ ਨੰਦ ਆਇਆ ਸਿੰਧ ਤੋਂ ਔਰ ਇਸ ਨਹੀਂ ਫਰਾਕ ਤਾਂ ਕਿਸ ਨੇ ਆ ਦਾਣੇ ਔਰ ਨਾਲ ਪਾਣੀ ਔਰ ਮਿੱਟੀ ਵਗੈਰਾ ਵੀ ਕਾਫੀ ਬਣਾਇਆ ਠੀਕ ਹੈ ਮਾਸ਼ਾਅੱਲਾ ਕਾਫੀ ਖੂਬਸੂਰਤ ਇਤਰ ਹੈ ਔਰ ਇਸ ਨਹੀਂ ਸਦਾ ਕਿਸ ਨੇ ਜਨਾਬ ਕਾਫੀ ਕਲਰਸ ਨੇ ਵਿੱਚ ਫੰਗ ਵਗੈਰਾ ਲੱਗੇ ਹੋਏ ਠੀਕ ਹੈ ਤਾਂ ਕਾਫੀ ਇਸ ਨੂੰ ਆਵਾਜ਼ ਹੀ ਹੈ ਜਿਹੜੀ ਕਾਫੀ ਖੂਬਸੂਰਤ ਹੋਣੀ ਹੈ ਠੀਕ ਹੈ ਇਧਰ ਘਾਟੀ ਬੋਲਨੇ

ਖਾਸ ਕਰੀ ਇਨਾ ਜਿਹੜੇ ਤਿੱਤਰ ਰੱਖੇ ਹੋਣ ਠੀਕ ਹੈ ਇਹ ਕਾਫੀ ਨਾਇਆਬ ਹਨ ਉਹ ਵੀ ਸਿੱਧੇ ਸੇਨ ਔਰ ਬਾਕੀ ਇਹਨਾਂ ਨੇ ਸਾਰੀ ਇਨਫੋਰਮੇਸ਼ਨ ਸੇ ਦਸੀ ਹੈ ਠੀਕ ਹੈ ਕਿਸ ਤਰ੍ਹਾਂ ਪੜਨੇ ਨੇ ਔਰ ਕਿਹੜੀ ਕਿਹੜੀ ਨਸਲ ਹਨ ਬਾਕੀ ਉਮੀਦ ਕਰਨਾ ਸੋ ਇਹ ਵੀਡੀਓ ਪਸੰਦ ਆਈ ਹੋਸੀ ਮਜ਼ੀਦ ਇਹ ਜੀ ਵੀਡੀਓ ਤੱਕ ਨਿਵਾਸਤਾ ਹੈ YouTube ਚੈਨਲ ਅਨੀਸ ਸਕਵਾਡ ਕੀ ਸਬਸਕ੍ਰਾਈਬ ਕਰੀ ਜੀ ਨੋ ਮਿਲਦਾ ਇੱਕ ਨਵੀਂ ਵੀਡੀਓ ਵਿੱਚ ਬੜਾ ਹਿਆ ਰੱਖੇ ਅੱਲਾ ਹਾਫਿਜ਼